ਜਵਾਬ ਤੇ ਇਸ ਚੀਜ਼ ਦਾ ਚਾਹੀਦਾ ਹੁੰਦਾ। ਠੀਕ ਹੈ, ਅਸੀਂ ਇਸ ਚੀਜ਼ ਦੇ ਉੱਤੇ ਯਾਨੀ ਕਿ ਸੁਬਹ ਦੇ ਵੀ ਵਾਵੇਲਾ ਕਰਨ ਡੇ ਦੇ, ਲੇਕਿਨ ਯਾਨੀ ਕਿ ਬਾਰ ਬਾਰ ਇੱਕ ਬੰਦਾ ਜਾਂਦਾ ਅੱਗੇ ਉਹਨੂੰ ਫਿਰ ਭੇਜ ਦਿੱਤਾ ਜਾਂਦਾ, ਦੋ ਬੰਦੇ ਜਾਂਦੇ ਨੇ ਉਹਨੂੰ ਫਿਰ ਵਾਪਸ ਭੇਜ ਦਿੱਤੇ ਜਾਂਦੇ ਨੇ। ਗੱਲ ਮੋਗੀ, ਰਾਤ ਦੀ ਗੱਲ ਮੋਗੀ, ਰਾਤ ਨੂੰ ਗੱਲ ਕਿਹੜਾ ਬੰਦਾ ਕਰ ਗਿਆ, ਕਿਉਂਕਿ ਪਿੰਡ ਵਾਲੇ ਵੀ ਰਾਤੀ ਵੀ ਇੱਥੇ ਹੈ ਹਨ, ਚਲੋ ਚਲੇ ਵੀ ਗਏ ਹਨ, ਤੇ ਬਾਹਰ ਦੇ ਬੰਦੇ ਨੂੰ ਕੀ ਪਤਾ ਇੱਕ 2 ਕਿੱਲੇ ਤੇ 2 ਏਕੜ ਜਗ੍ਹਾ ਉਹਨੂੰ ਦੱਸੀ ਗਈ ਹੈ, 2 ਕਿੱਲੇ ਉੱਤੇ ਜਿਹੜੀ 2 ਕਨਾਲਾਂ ਉਹਨੂੰ ਜਗ੍ਹਾ ਦੱਸੀ ਗਈ ਹੈ, ਉਹ ਦੱਸਿਆ ਗਿਆ ਜੀ ਇਹ ਜਗ੍ਹਾ ਜਿਹੜੀ ਸ਼ਾਮਲਾਟ ਹੈ, ਤੇ ਸ਼ਾਮਲਾਟ ਦੀ ਜਗ੍ਹਾ ਹੀ ਨਹੀਂ ਹੈਗੀ ਉਹ, ਉਹ ਜਗ੍ਹਾ 2 ਕਿੱਲੇ ਤੇ 2 ਕਨਾਲਾਂ ਜਿਹੜੀ ਹੈ ਉਹ ਵਾਰੀ 2 ਕਨਾਲਾਂ ਵਕਫ ਕੀਤੀ ਗਈ ਦੀ ਹੈ, ਉਹ ਜਿਹਨੇ ਵਕਫ ਕੀਤੀ ਹੈ ਉਸ ਬੰਦੇ ਨੇ ਮਰਜ਼ਈਆਂ ਨੂੰ ਵਕਫ ਨਹੀਂ ਕੀਤੀ ਦੀ, ਉਹ ਬੰਦਾ ਯਾਨੀ ਕਿ ਇਸ ਟਾਈਮ ਜ਼ਿੰਦਾ ਨਹੀਂ ਹੈਗਾ, ਫੌਤ ਹੋ ਚੁੱਕਿਆ, ਤੇ ਉਹ ਅਹਿਲੇ ਸੁਨਤ ਸੀ, ਉਹਦੀ ਵਾਲਦਾ ਫੌਤ ਹੋਈ ਸੀ ਤੇ ਉਹਨੇ ਵਕਫ ਕੀਤੀ ਸੀ, ਤੇ ਜੇ ਉਹਨੇ ਵਕਫ ਕੀਤੀ ਮਰਜ਼ਈਆਂ ਨੂੰ ਤੇ ਫਿਰ ਤਖਤੀ ਲਵਾਈ ਜਾਂਦਾ ਕਿ ਮੈਂ ਮਰਜ਼ਈਆਂ ਨੂੰ ਦੇਖ ਚੱਲਾ ਵਾਂ, ਇਹ ਤਾਂ ਕਿਤੇ ਵਾਜ਼ਿਆ ਨਹੀਂ ਹੈਗਾ। ਜੇ ਤਾਂ ਕਿਤੇ ਵਾਜ਼ਿਆ ਹੈ ਕੋਈ ਬੰਦਾ ਇਸ ਚੀਜ਼ ਦਾ ਕਾਗਜ਼ ਲੈ ਕੇ ਆਈਏ, ਤੇ ਫਿਰ ਜੇ ਵਾਜ਼ਿਆ ਹੀ ਪਹਿਲਾਂ ਉਹ ਵਾਲੀ 2 ਕਨਾਲਾਂ ਤੇ ਉਹ ਜਿਹੜੀਆਂ ਕਬਰਾਂ ਉੱਥੇ ਬਣੀਆਂ, ਫਿਰ ਇੱਥੇ ਕਿਉਂ ਨਹੀਂ ਬਣੀਆਂ ਉਹ? ਤੇ ਜਿਹੜੀਆਂ ਪਹਿਲੇ ਦੀਆਂ ਕਬਰਾਂ ਬਣੀ ਦੀਆਂ ਨੇ ਉਹ ਸਾਡੇ ਪਿਓ ਦਾਦਿਆਂ ਦੇ ਉਸ ਟਾਈਮ ਦੇ ਉੱਤੇ, ਜਿਹੜਾ ਨਾ ਇੰਨਾ ਕੁ ਨਹੀਂ ਕਿਸੇ ਨੂੰ ਇਲਮ, ਇੰਨਾ ਕੁ ਸ਼ੌਰ ਨਹੀਂ ਹੈਗਾ, ਕਿਸੇ ਨੂੰ ਨਹੀਂ ਇੰਨਾ ਪਤਾ ਹੈਗਾ ਕਿ ਮਰਜ਼ਈ ਕੀ ਨੇ ਤੇ ਮੁਸਲਮਾਨ ਕੀ ਨੇ। ਉਹ ਅਮਾਨਤਨ ਦਫਨਾਈਆਂ ਗਈ ਦੀਆਂ ਨੇ, ਜਿਨ੍ਹਾਂ ਵਿੱਚੋਂ ਅੱਜ ਤੱਕ ਇੱਕ ਕਬਰ ਵੀ ਪੁੱਟ ਕੇ ਇੱਥੋਂ ਨਹੀਂ ਗਈ, ਅਮਾਨਤਨ ਦਫਨਾਈਆਂ ਗਈ ਦੀਆਂ ਨੇ, ਰੱਬ ਵੇਖਣ, ਜਿਨ੍ਹਾਂ ਵਿੱਚੋਂ ਸਿਰਫ ਇੱਕ ਬੰਦੇ ਦੀ ਇੱਥੋਂ ਜਿਹੜੀ ਮਈਅਤ ਗਈ ਦੀ ਹੈ, ਸਿਰਫ ਇੱਕ ਬੰਦੇ ਦੀ। ਠੀਕ ਹੈ, ਇੰਨਾ ਕੁ ਇਲਮ ਸਾਨੂੰ ਹੈ। ਇੱਥੇ ਤੂੰ ਅੱਗੇ ਮਜ਼ੀਦ ਕੋਈ ਕਹੇ ਨਾ ਬੰਦਾ ਕਿ ਸਾਨੂੰ ਯਾਨੀ ਕਿ ਕਿਸੇ ਨੇ ਹਿੱਸਾ ਦੇ ਹੜਿਆ ਕਬਰਾਂ ਦੇ ਵਿੱਚੋਂ, ਤੇ ਉਹ ਕਿਸੇ ਨੇ ਨਹੀਂ ਦਿੱਤਾ ਇਹਨਾਂ। ਹਜ਼ੂਰੇ ਪਟਵਾਰੀ ਕਿਹੜਾ ਆਇਆ ਸੀ ਬੰਦਾ ਜਿਹਨੇ ਅੱਜ ਆ ਕੇ ਤੇ ਇਹ ਹਿੱਸਾ ਕਰ ਦਿੱਤਾ ਸੀ ਕਿ 2 ਕਨਾਲਾਂ ਇਹਨਾਂ ਨੂੰ ਜਗ੍ਹਾ ਦੇ ਦਿੱਤੀ? ਪਟਵਾਰੀ ਆਪਣਾ ਪਿੰਡ ਦਾ ਕਿਹੜਾ ਪਟਵਾਰੀ? ਨਸੀਰ ਸਾਹਿਬ ਨਹੀਂ, ਅਰਸ਼ਦ ਪਟਵਾਰੀ। ਅਰਸ਼ਦ ਸੀ ਨਹੀਂ, ਰਾਤੀ ਇੱਕ ਪਟਵਾਰੀ ਆਇਆ ਸੀ, ਰਾਤੀ ਇੱਕ ਪਟਵਾਰੀ ਨਸੀਰ ਉਹਦਿਆਂ ਦਾ ਸੀ, ਉਹਦਾ ਨਾਂ ਹੀ ਨਸੀਰ, ਉਹ ਰਾਤੀ ਵੀ ਮੇਰੀ ਉਹਦੇ ਨਾਲ ਵੀ ਗੱਲ ਹੋਈ। ਸਾਰੇ ਠਰੋਂ ਨੂੰ ਜਾਣਦਾ ਹੋਇਆ ਜਾਣਦਾ ਹੈ, ਵੇਖੋ ਜੀ ਉਹ ਕੀ ਚੀਜ਼ ਜਾਣਦਾ ਹੈ ਹੀ, ਉਹ ਗਵਾਂਢ ਨੇ ਜੀ, ਉਹਨਾਂ ਰਾਤੀ ਵੀ ਇਹ ਗੱਲ ਕੀਤੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ, ਉਹਨਾਂ ਕਹੇ ਜੀ ਅਗਰ ਮੇਰੀ ਜਗ੍ਹਾ ਇੱਥੇ ਹੁੰਦੀ ਤੇ ਮੈਂ 2 ਕਨਾਲਾਂ ਦੇ ਦਿੰਦਾ। ਮੈਂ ਕਿਹਾ ਯਾਰ ਮੈਨੂੰ ਨਹੀਂ ਪਤਾ ਤੂੰ ਭਾਈ ਮੁਸਲਮਾਨ ਹੈ ਜਾਂ ਮਰਜ਼ਈ ਹੈ, ਜੇ ਤੈਨੂੰ ਐਡੀ ਹਮਾਇਤ ਹੈ ਤੇ ਭਾਈ ਇਹ ਮਈਅਤ ਲਈ ਆ ਤੇ ਆਪਣੀ ਤੇਰੀ ਮਲਕੀਅਤ ਵਾਲੀ ਜਗ੍ਹਾ ਧੀਰੋ ਕੀ ਹੈਗੀ ਹੈ, ਉੱਥੇ ਜਾ ਕੇ ਵਿਚਕਾਰ ਕਿੱਲੇ ਦੇ ਦੱਬ ਕੇ ਦਰਬਾਰ ਬਣਾ ਦੇ ਪੂਰੇ ਕਿੱਲੇ ਦੇ ਵਿੱਚ, ਲੇਕਿਨ ਇੱਥੋਂ ਤੇਰਾ ਦੇਣ ਦਾ ਹੱਕ ਨਹੀਂ ਬਣਦਾ, ਕਿਉਂਕਿ ਜਿਨ੍ਹਾਂ ਦੀ ਮਲਕੀਅਤ ਉਹ ਦੇਣ ਕੇ ਤੇ ਦਿੱਤੀ ਜਾਣੀ ਹੈ, ਤੂੰ ਲੀਕਾਂ ਅੱਗੇ ਪਿੱਛੇ ਨਹੀਂ ਬਣਾ ਸਕਦਾ ਕੋਈ ਵੀ। ਠੀਕ ਹੈ, ਜਨਾਬ ਹੋਰਾਂ ਦੇ ਸਾਹਮਣੇ ਜਦੋਂ ਗਏ ਆ ਤੇ ਗੱਲਬਾਤ ਹੋਈ ਹੈ, ਜਨਾਬ ਹੋਰਾਂ ਕਿਹਾ ਇਹਨਾਂ ਦੀ ਇੱਥੇ ਜਗ੍ਹਾ ਮਰਜ਼ਈਆਂ ਦੀ। ਨੰਬਰ 1, ਤੁਹਾਡੇ ਪਿੰਡ ਤੋਂ 2-3 ਬੰਦੇ ਸਨ ਕੋਈ ਏਜੜ ਉਮਰ ਦੇ 40-50 ਸਾਲ ਦੇ, ਹੱਥ ਦਾੜੀਆਂ ਵੀ ਸਨ, ਉਹ ਵੀ ਪਿੱਛੋਂ ਇਹ ਕਹਿ ਰਹੇ ਨੇ ਕਿ ਜਨਾਬ ਇੱਥੇ ਅੱਧੀ ਮਰਜ਼ਈਆਂ ਦੀ ਅੱਧੀ ਮੁਸਲਮਾਨਾਂ ਦੀ। ਗੱਲ ਸੁਣ, ਜਿਹੜੀ ਤੀਸਰੇ ਨੰਬਰ ਦੇ ਪਟਵਾਰੀ ਆਇਆ ਤੇ ਉਹਨੇ ਵੀ ਕਿਹਾ ਇੱਥੇ ਅੱਧੀ ਮਰਜ਼ਈਆਂ ਦੀ ਅੱਧੀ ਮੁਸਲਮਾਨ, ਕੁਝ ਹਿੱਸਾ ਮਰਜ਼ਈਆਂ ਦਾ ਜੋ ਵੀ। ਹੁਣ ਜਿਹੜੇ ਬੰਦੇ ਸਨ ਨਾ ਸਮਾਧਾਨ ਤਹਿਰੀਕ ਦੇ, ਉਹਨਾਂ ਨੂੰ ਗਲਤ ਗਾਈਡ ਕੀਤਾ ਗਿਆ, ਉਹਨਾਂ ਵਿਚਾਰਿਆਂ ਬਦਗੁਮਾਨੀ ਨਹੀਂ ਕੀਤੀ, ਉਹ ਕਰਦੇ ਰਹੇ ਕਿ ਨਹੀਂ ਯਾਰ ਸੱਚ ਬੋਲ ਰਹੇ ਨੇ, ਠੀਕ ਕਹਿ ਰਹੇ ਨੇ। ਮਸਲਾ ਇਹ ਹੈ, ਫਿਰ ਐਂਡ 'ਤੇ ਗੱਲ ਤੈ ਗੱਲ ਹੁੰਦਿਆਂ ਤੈਅ ਪਾਈ ਗਈ 3 ਵਜੇ ਜੀ ਇਹ ਮਾਮਲਾ, ਇਹ ਜੇ ਅਗਰ ਉਹਨਾਂ ਦੀ ਜਗ੍ਹਾ ਹੈ ਸ਼ਾਮ ਲੈ, ਤੁਸੀਂ ਠੀਕ ਹੈ ਇੱਥੇ ਜਨਾਬ ਜੋ ਵੀ ਕਰਨਾ ਉਹ ਕਰਨ, ਕਾਨੂੰਨ ਵੀ ਹੈ ਪਰ ਮੁਸਲਮਾਨਾਂ ਦੀ ਕਬਰ ਤੋਂ ਹੱਟ ਕੇ ਜਨਾਬ ਉਹ ਆਪਣਾ ਬਣਾਉਣ ਗੰਦ ਖਾਨਾ ਜਾਂ ਜੋ ਵੀ ਬਣਾਉਣਾ ਉਹਨੇ ਰੂੜੀ,
ਠੀਕ ਹੈ, ਉਹ ਬਣਾਉਣ ਉੱਤੇ ਤਖ਼ਤੀ ਲਾਉਣ ਚਾਰਦੁਆਰੀ ਕਰਕੇ ਕਿ ਕਾਦਿਆਨੀਆਂ ਦਾ ਕਬਰਸਤਾਨ ਹੈ, ਠੀਕ ਹੈ, ਉਹਨਾਂ ਨੂੰ ਵੀ ਗਲਤ ਗਾਈਡ ਕੀਤਾ ਗਿਆ। ਪਟਵਾਰੀ ਵੀ ਤੁਹਾਡੇ ਪਿੰਡ ਦੇ ਬਣੇ, ਮਾਜ਼ਰਤ ਨਾ ਸਾਰੋ ਰਾਹ ਜਨਾਬ ਹੋਰੀ ਉੱਥੇ ਜਲਾਲ 'ਚ ਕਹਿੰਦੇ ਰਹੇ ਨੇ ਕਿ ਜਨਾਬ ਇੱਥੇ ਉਹਨਾਂ ਦੀ ਜਗ੍ਹਾ ਹੈ, ਮੌਲਵੀ ਸਾਹਿਬ ਤੁਹਾਨੂੰ ਕਹਿੰਦੇ ਹੈ ਜਗ੍ਹਾ, ਅਰਜ਼ੇ ਵੇਖ ਕੇ ਕਹਿੰਦੇ ਰਹੇ ਜਨਾਬ, ਰਿਕਾਰਡਿੰਗ ਹੈ, ਰਿਕਾਰਡਿੰਗ। ਮੌਲਵੀ ਸਾਹਿਬ ਮੇਰੀ ਗੱਲ ਇੱਕ ਮਿੰਟ ਸੁਣੋ, ਤੁਸੀਂ ਉੱਧਰ ਵੀ ਇੰਜ ਕਹਿੰਦੇ ਹੋ, ਪਟਵਾਰੀ ਮੌਜੂਦ ਹੈ, ਚੁੱਪ ਚੁੱਪ ਰਹੀ ਯਾਰ, ਓਏ ਚੁੱਪ ਇੱਕ ਮਿੰਟ, ਅੱਛਾ ਤੁਹਾਡੀ ਮਿਹਰਬਾਨੀ ਖੁਦਾ ਦਾ ਵਾਸਤੇ ਚੁੱਪ ਕਰੋ ਯਾਰ, ਚੁੱਪ ਚੁੱਪ ਉਹ ਗੱਲ ਮੁੱਕਣ ਦਿਆ ਕਰੋ। ਵੇਖੋ ਮੈਨੂੰ ਜਗ੍ਹਾ ਦਾ ਪਤਾ ਹੁੰਦਾ ਨਾ, ਠੀਕ ਹੈ, ਤੇ ਮੈਨੂੰ ਤਹਿਸੀਲਦਾਰ ਤੇ ਪਟਵਾਰੀ ਬੁਲਾਉਣ ਦੀ ਕੋਈ ਲੋੜ ਸੀ? ਠੀਕ ਹੈ, ਜਗ੍ਹਾ ਤੇ ਅਥਾਰਟੀ ਤਹਿਸੀਲਦਾਰ ਤੇ ਪਟਵਾਰੀ, ਠੀਕ ਹੈ, ਮੈਂ ਅਥਾਰਟੀ ਨਹੀਂ, ਨਾ ਮੈਨੂੰ ਖੇਵੜ ਦਾ ਪਤਾ, ਨਾ ਮੈਨੂੰ ਖਤੂਣੀ ਦਾ ਪਤਾ, ਠੀਕ ਹੈ, ਠੀਕ ਹੈ ਨਾ, ਇਹ ਮਾਮਲਾਤ ਮੇਰੇ ਨਹੀਂ ਹੈ, ਤਹਿਸੀਲਦਾਰ ਤੇ ਪਟਵਾਰੀ ਦੇ ਨੇ, ਦੋ ਤਹਿਸੀਲਦਾਰ ਆਏ ਨੇ, ਦੋ ਪਟਵਾਰੀ ਆਏ ਨੇ, ਮੈਂ ਫਿਰ ਗੱਲ ਕਰਾਂਗਾ, ਤੁਸੀਂ ਆਉਣਾ ਜੀ ਨਹੀਂ, ਉਹ ਸਾਡਾ ਲੱਗਦਾ ਹੀ ਕੁਝ ਨਹੀਂ। ਮੀਆਂ ਜਿਹੜਾ ਆਪਣਾ ਜਿਹੜਾ ਮੀਆਂ ਸਾਹਿਬ ਦਾ, ਮੀਆਂ ਜ਼ਫਰ ਜੀ ਜੀ, ਉਹ ਬਿਲਕੁਲ ਲੱਗਦੇ ਨੇ। ਦੇਖੋ ਮੀਆਂ ਸਾਹਿਬ ਕੱਲ ਅਨਾਊਂਸਮੈਂਟ ਕੀਤੀ ਹੈ, ਠੀਕ ਹੈ, ਮੀਆਂ ਸਾਹਿਬ ਦੀ ਅਨਾਊਂਸਮੈਂਟ ਤੋਂ ਬਾਅਦ ਦੁਆਏ ਖੈਰ ਹੋਈ ਹੈ, ਠੀਕ ਹੈ, ਸਵੇਰੇ ਦਾ ਟਾਈਮ ਹੋਇਆ ਅਸੀਂ ਇੱਥੇ ਆਏ ਹਾਂ, ਮੈਨੂੰ ਆਦਲ ਆਲਮ ਫੋਨ ਕੀਤਾ, ਠੀਕ ਹੈ ਨਾ, ਮੈਂ ਕਿਹਾ ਉਹ ਆ ਗਏ ਨੇ, ਅਸੀਂ ਉਹਨਾਂ ਦੀ ਆਪਣਾ ਪਟਵਾਰੀ ਸਾਹਿਬ ਕਰਵਾ ਰਹੇ ਨੇ ਅਤੇ ਆਪਣਾ ਕੰਮ ਸ਼ੁਰੂ ਕਰਦੇ ਨੇ, ਉਹਨਾਂ ਆਖਿਆ ਓਕੇ, ਰਾਤ ਡਿਸਾਈਡ ਹੋ ਗਿਆ ਸੀ। ਮਾਮਲਾ ਸਿਰਫ ਇੰਨਾ ਯਾਰ, ਤੁਹਾਡੇ ਅੱਗੇ ਰਿਕੁਐਸਟ ਇੰਨੀ ਹੈ ਕਿ ਏਸੀ ਵੀ ਇੱਥੇ ਬਹਿੰਦਾ, ਦਫ਼ਤਰ ਸਵੇਰੇ ਸਾਰੇ ਖੁੱਲ੍ਹ ਜਾਣੇ ਨੇ, ਠੀਕ ਹੈ ਨਾ, ਮੇਰੇ ਦਫ਼ਤਰ ਆ ਜਾਓ, ਮੈਂ ਤੁਹਾਨੂੰ ਲੈ ਕੇ ਏਸੀ ਸਾਹਿਬ ਕੋਲ ਚੱਲਾਂਗਾ, ਤੁਸੀਂ ਆਪਣੀ ਦਰਖਾਸਤ ਲੈ ਆਵੋ, ਕੋਈ ਜ਼ਰੂਰੀ ਹੈ ਕਿ ਭੈਣ 'ਚ ਦੋ ਕਨਾਲ ਜਗ੍ਹਾ ਜਿਹੜੀ ਉਹ ਮਰਜ਼ਈਆਂ ਲੱਭ ਜਾਣੀ ਹੈ, ਜਿਸ ਵਿੱਚ ਤੁਹਾਡੇ ਨਾਂ ਹੈ, ਜਿਸ ਵਿੱਚ ਕਾਗਜ਼ ਤੁਹਾਡੇ ਨਾਂ ਬੋਲਦੇ ਨੇ ਪਏ, ਕੰਮ ਤੋਂ ਉਹਨਾਂ ਨੂੰ ਮਨਾ ਕਰ ਦਿੱਤਾ, ਕੋਈ ਬੰਦਾ ਇੱਧਰ ਨਹੀਂ ਆਵੇਗਾ, ਠੀਕ ਹੈ ਨਾ, ਤੇ ਫਿਰ ਕਦੀ ਤੁਹਾਨੂੰ ਕੋਈ ਮਤਲਬ ਹੈ, ਕੋਈ ਐਸੀ ਕੋਈ ਚੀਜ਼ ਹੈ ਕੋਈ ਜਿਹੜੀ ਕਿ ਹੋ ਜਾਣੀ ਹੈ ਰਾਤੀ ਸਾਰੀ ਅੱਧੀ ਰਾਤੀ, ਠੀਕ ਹੈ ਨਾ। ਮੇਰੀ ਗੱਲ ਸੁਣੋ ਯਾਰ, ਤੁਸੀਂ ਮੇਰੀ ਮਿਹਰਬਾਨੀ ਕਰੋ, ਮੇਰੀ ਰਿਕੁਐਸਟ ਮੰਨੋ, ਅਸੀਂ ਕੱਲ੍ਹ ਦੇ ਇੱਥੇ ਖਲੋਤੇ ਹਾਂ, ਤੁਸੀਂ ਵੀ ਮਿਹਰਬਾਨੀ ਕਰੋ, ਭਾਈਓ ਤੁਸੀਂ ਸਾਡੇ, ਅਸੀਂ ਸਾਰੇ ਭਾਈ ਹਾਂ, ਠੀਕ ਹੈ ਨਾ, ਕੋਈ ਸਾਡਾ ਆਪਸ 'ਚ ਇਖਤਲਾਫ ਨਹੀਂ, ਸਾਝਾ, ਠੀਕ ਹੈ ਨਾ, ਕੋਈ ਮਤਲਬ ਹੈ ਸਾਡਾ ਕੋਈ ਐਸੀ ਕੋਈ ਅੱਗੇ ਸਾਡੀ ਕੋਈ ਆਪਸ 'ਚ ਕੋਈ ਐਸੀ ਅਦਾਵਤ ਹੋਵੇ, ਠੀਕ ਹੈ, ਸਾਨੂੰ ਕੋਈ ਇਮਾਨਦਾਰ ਦੀ ਗੱਲ ਜੇ, ਤੁਸੀਂ ਸਾਡੇ ਭਾਈ ਹੋ, ਸਾਨੂੰ ਤੁਹਾਡੇ ਨਾਲ, ਅਸੀਂ ਸਾਡੇ ਭਾਈ ਹੋ, ਤੁਸੀਂ ਸਾਨੂੰ ਤੁਹਾਡੇ ਨਾਲ ਜ਼ਿਆਦਾ ਹਮਦਰਦੀ, ਠੀਕ ਹੈ ਨਾ, ਮਾਮਲਾ ਸਿਰਫ ਇਹ ਵੇ ਕਿ ਸਵੇਰੇ ਮੇਰੇ ਦਫ਼ਤਰ ਆ ਜਾਓ ਤੁਸੀਂ, ਮੈਂ ਤੁਹਾਨੂੰ ਲੈ ਕੇ ਉੱਥੇ ਸੀ, ਰਿਕੁਐਸਟ ਅਗਰ ਜੀ ਅਸੀਂ ਭਾਈ ਹਾਂ, ਤੁਹਾਡੇ ਐਸਐਚਓ ਸਾਹਿਬ ਨੇ ਇੱਥੇ ਬਜ਼ੁਰਗ ਬੰਦਿਆਂ ਨਾਲ ਬਦਤਮੀਜ਼ੀ ਕੀਤੀ, ਵੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਦਾ ਸੁਣ ਲਓ, ਇੱਕ ਮਿੰਟ ਜੀ, ਪਿੰਡ ਦੇ 20 ਬੰਦੇ ਸਵੇਰੇ ਆਏ ਸਾਡੇ, ਠੀਕ ਹੈ, ਮੇਰੀ ਗੱਲ ਹੁਣ ਪਤਾ ਨਹੀਂ ਤੁਸੀਂ ਮੰਨੀ ਕਿ ਨਹੀਂ ਮੰਨੀ, ਕੱਲ ਦੀਆਂ ਜਿਹੜੀਆਂ ਨਾ ਦਲੀਲਾਂ ਦੇਣੀਆਂ ਪੈ ਰਹੀਆਂ ਨੇ ਖੋਰੇ ਕੋ, ਮੇਰੀ ਗੱਲ ਅਸੀਂ ਵੀ ਪੇਸ਼ ਦਲੀਲਾਂ ਨਹੀਂ ਸਾਹਿਬ ਕਰ ਰਹੇ, ਅਸੀਂ ਤਾਂ ਦੀਨੀ ਦਲੀਲਾਂ ਪੇਸ਼ ਕੀਤੀਆਂ, ਸ਼ਰੀ ਸਵੇਰੇ 20 ਬੰਦੇ ਆਏ ਨੇ ਅੰਮ੍ਰਿਤ ਸਾਹਿਬ, ਅੱਛਾ ਜੀ ਜੀ, ਅੱਛਾ ਸਵੇਰੇ 20 ਬੰਦੇ ਪਿੰਡ ਦੇ ਆਏ ਨੇ, ਉਹਨਾਂ ਇੱਕ ਉਹਦੇ ਵਿੱਚ ਬੰਦਾ ਜਿਹੜਾ ਉਹ ਟੈਕਸੀ ਚਲਾਉਂਦਾ ਹੈ, ਬੱਚਿਆਂ ਨੂੰ ਲੈ ਕੇ ਸਕੂਲ ਜਾਂਦਾ, ਲੰਮਾ ਜਿਹਾ ਮੁੰਡਾ ਸੀ, ਕੀ ਨਾਂ ਸੀ ਉਹਦਾ ਸ਼ਾਹੀ, ਇਮਤਿਆਜ਼ ਸ਼ਾਇਦ ਜੋ ਵੀ ਨਾਂ, ਉਹਨਾਂ ਆਖਿਆ ਯਾਰ ਅਸੀਂ ਲਿਖ ਕੇ ਦਿੰਦੇ ਹਾਂ, ਇਹ ਬੰਦਾ ਅੱਗੇ ਜਿਹੜਾ ਇੱਥੇ ਖਲੋਤਾ ਸੀ ਉੱਥੇ ਵੀ ਗੱਲ ਪਿਆ ਕਰਦਾ ਸੀ, ਉਹਨੇ ਅਸੀਂ ਲਿਖ ਕੇ ਦਿੰਦੇ ਹਾਂ ਕਿ ਤੁਸੀਂ ਜਿਹੜੀ ਜਗ੍ਹਾ ਪਿੰਡ ਵਾਲੇ ਜਿਹੜੇ ਨੇ ਉਹ ਜਿਹੜੀ ਜਗ੍ਹਾ ਅੱਗੇ ਉਹਨਾਂ ਕੋਲ ਹੈ ਉੱਥੋਂ ਹੀ ਉਹਨਾਂ ਨੇ ਜਿਹੜੀ ਉਹ ਜਗ੍ਹਾ ਬੁਲਾ ਦਿਓ। ਅਸਾਂ ਉਹਨਾਂ ਨੇ ਕਿਹਾ ਕਿ ਯਾਰ ਉਲਾਮਾ ਰਾਤੀ ਡਿਸਾਈਡ ਕਰ ਗਏ ਨੇ, ਫੈਸਲਾ ਕਰ ਗਏ ਨੇ, ਟੀ ਐਲ ਪੀ ਦੇ ਅਹੁਦੇਦਾਰ ਸਨ, ਸਿਪਾਹੀ ਸਭਾ ਦੇ ਡੋਗਰ ਸਾਹਿਬ ਸਨ, ਠੀਕ ਹੈ ਨਾ, ਹੈਂ ਆਲਿਮ ਨਹੀਂ ਸਨ, ਅੱਛਾ ਚਲੋ ਅਹੁਦੇਦਾਰ ਜੀ ਸਨ, ਅਹੁਦੇਦਾਰ ਜਿਹੜੇ ਨੇ ਉਹ ਫੈਸਲਾ ਕਰ ਗਏ ਨੇ, ਉਹਨਾਂ ਦੇ ਫੈਸਲੇ ਦੇ ਬਾਅਦ ਜਿਹੜਾ ਉਹ ਸਾਰੀਆਂ ਚੀਜ਼ਾਂ ਹੋਈਆਂ ਨੇ, ਠੀਕ ਹੈ ਨਾ। ਜਿਸ ਵੇਲੇ ਮੈਂ ਤੁਹਾਨੂੰ ਕਹਿ ਰਿਹਾ ਕਿ ਯਾਰ ਸਵੇਰੇ ਤੁਸੀਂ ਮੇਰੇ ਦਫ਼ਤਰ ਆ ਜਾਓ, ਮੈਂ ਤੁਹਾਨੂੰ ਏ ਸੀ ਸਾਹਿਬ ਕੋਲ ਲੈ ਜਾਂਦਾ ਵਾਂ, ਜਿਸ ਵੇਲੇ ਡਾਕੂਮੈਂਟ ਖਾਨਦਾਨ ਤੋਂ ਮਰਦੇ ਹੀ ਕਾਗਜ਼ ਜਿਹੜੇ ਬੰਦੇ ਦੀ ਗੱਲ ਕਰ ਰਹੇ ਹਾਂ, ਇੱਥੇ ਗੱਲ ਕਰੋ, ਚੁੱਪ ਕਰੋ ਯਾਰ, ਮੋਸ ਯਾਰ ਇੱਕ ਮਿੰਟ, ਰਿਕੁਐਸਟ ਇਹ ਹੈ ਕਿ ਅਗਰ ਤੁਸੀਂ ਇਹ ਗੱਲ ਸਹੀ ਕਰਨਾ ਚਾਹੁੰਦੇ ਹੋ।
ਨਹੀਂ ਹੁੰਦਾ ਕਿ ਇਹ ਨਾ ਹੋਏ ਕਿ ਤੁਹਾਨੂੰ ਕਹਿ ਦਿੱਤਾ ਜਾਏ ਯਾਰ ਅਗਰ ਇੱਥੇ ਇੱਕ ਮੁਰਦੇ ਮੇਰੀ ਗੱਲ ਸੁਣ ਲਓ ਅਗਰ ਇੱਕ ਬੰਦਾ ਵੀ ਉਹਨਾਂ ਦਾ ਇੱਥੇ ਆ ਗਿਆ ਨਾ ਤੁਸੀਂ ਕਹਿੰਦੇ ਉਹਨਾਂ ਕੰਮ ਇੱਕ ਬੰਦੇ ਕਦਮ ਵੀ ਰੱਖਿਆ ਉਹਦਾ ਵੀ ਮੈਂ ਜ਼ਿੰਮੇਵਾਰ ਜਿੰਨੀ ਦੇਰ ਤੱਕ ਇਸ ਚੀਜ਼ ਦਾ ਫੈਸਲਾ ਨੀ ਹੋ ਜਾਂਦਾ ਓਨੀ ਦੇਰ ਤੱਕ ਨਾ ਤੇ ਉਹ ਮਰਜ਼ਈ ਕੋਈ ਇੱਥੇ ਆਏ ਤੇ ਨਾ ਹੀ ਨਾ ਦਫਨਾ ਸਕਦਾ ਅਸੀਂ ਡੀ ਪੀ ਓ ਦਫ਼ਤਰ ਹੋਈਏ ਤੇ ਪਿੱਛੋਂ ਇੱਥੇ ਜਿਹੜਾ ਨਾ ਉਹ ਅੱਗੇ ਕੰਦਾ ਨਹੀਂ 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 ਸਵਾਲ ਹੀ ਬਦਲ ਸੁਣਾ ਵੀ ਨਹੀਂ ਸਕਦਾ ਮੇਰੀ ਗੱਲ ਸੁਣੋ ਇੱਕ ਮਿੰਟ ਮੈਂ ਹੁਣ ਤੁਹਾਡੇ ਵਾਸਤੇ ਹਾਂਜੀ ਤੁਸੀਂ ਇਹ ਗੱਲ ਨਹੀਂ ਕੀਤੀ ਤੁਸੀਂ ਆਖਿਆ ਜੀ ਠੀਕ ਹੈ ਉੱਥੇ ਕੋਈ ਸਿਮਟ ਦੀਆਂ 8-10 ਗੁੱਥੀਆਂ ਪਈਆਂ ਅਸੀਂ ਚੁੱਕ ਲੈਨੇ ਆ ਤੁਹਾਨੂੰ ਅਗਰ ਇਹ ਕੰਮ ਉੱਥੇ ਕਿਉਂ ਸਰ ਇੱਟਾਂ ਵੀ ਤੋੜਨੀਆਂ ਪੈਣੀਆਂ ਇੱਥੋਂ ਇੱਟਾਂ ਬੰਨਣੀਆਂ ਪੈਣੀਆਂ ਬਸ ਓਏ ਚੁੱਪ ਕਰੋ ਯਾਰ ਅਸੀਂ ਪਹਿਲਾਂ ਜਿੰਨੇ ਹੋ ਜਿੱਤਾ ਯਾਰ ਤਾਂ ਲਾ ਕੇ ਭੇਜ ਦਾ ਚਲੋ ਸਰ ਦੱਸੋ ਅੱਗੇ ਬੋਲੋ ਬਾਅਦ ਜਦੋਂ ਫੈਸਲਾ ਹੋਏ ਫਿਰ ਠੀਕ ਆ ਯਾਰ ਇੱਟਾਂ ਵਾਲੇ ਨਹੀਂ ਗੱਲ ਕੇ ਕੰਮ ਕਰ ਆਮ ਦੀ ਜਿਹੜੀ ਰਾਏ ਆ ਨਾ ਉਹਨਾਂ ਦੇ ਕਹਿਣ ਦਾ ਮਕਸਦ ਇਹ ਹੈ ਕਿ ਜੀ ਇਹ ਫੈਸਲਾ ਇੱਥੇ ਹੋਏ ਡੀ ਪੀ ਓ ਦਾ ਫਰ ਸਾਰੀ ਨਹੀਂ ਤਾਂ ਐਸ ਸੀ ਸਾਹਿਬ ਸਵੇਰੇ ਇੱਥੇ ਆ ਜਾਣਗੇ ਹੁਣੇ ਤਾਂ ਨਹੀਂ ਦੂਜਾ ਆਪਣਾ ਐਸ ਸੀ ਸਾਹਿਬ ਨੂੰ ਸਵੇਰੇ ਇੱਥੇ ਬੁਲਾ ਲਾਂਗੇ ਅਗਰ ਉਹ ਸਵੇਰੇ ਇੱਥੇ ਆ ਜਾਂਦੇ ਨੇ ਤੇ ਜਿੰਨੇ ਵੀ ਇਹ ਪਿੰਡ ਵਾਲੇ ਨੇ ਸਾਰੇ ਸਾਰੇ ਇਕੱਠੇ ਹੋਣਗੇ ਫਿਰ ਗੱਲ ਹੋਣੀ ਆ ਜੀ ਦੀ ਹੋਏਗੀ ਕੋਈ ਲੜਾਈ ਝਗੜਾ ਜਾਂ ਖਮੋਸ਼ੀ ਦੇ ਨਾਲ ਖਮੋਸ਼ੀ ਨਾਲ ਜੋ ਵੀ ਫੈਸਲਾ ਹੋਏਗਾ ਖਮੋਸ਼ੀ ਦੇ ਨਾਲ ਸਾਰੀਆਂ ਚੀਜ਼ਾਂ ਬਹਿ ਕੇ ਸੁਣਨ ਕਿਸੇ ਬੰਦੇ ਕੋ ਬਾਦਲ ਦੇ ਕਿਸੇ ਵੀ ਨਾ ਦੀ ਕਿਸੇ ਦਾ ਬਾਜੀ ਮਾਰਿਆ ਪਿੰਡ ਦੇ ਬੰਦੇ ਸਾਰੀ ਦਿਹਾੜੀ ਸੜਦਾ ਬਹਿ ਕੇ ਚਾਹ ਪੀਂਦੇ ਰਹੇ ਨੇ ਚੁੱਪ ਕਰੋ ਖਮੋਸ਼ ਹੋ ਯਾਰ ਗੱਲ ਕਰੋ ਨਹੀਂ ਨਹੀਂ ਕਿਹਾ ਸੀ ਇਹਨਾਂ ਨੇ ਜਾਓ ਗੱਲ ਤੁਸੀਂ ਕਿੱਥੇ ਹੋ ਰਾਤੀ ਇਹ ਗੱਲਾਂ ਹੋਈਆਂ ਨੇ ਇੱਥੇ ਜੋ ਵੀ ਹੋਏਗਾ ਫੈਸਲਾ ਉਹ ਚੁੱਪ ਕਰੋ ਉਹ ਭਾਈ ਮੇਰੇ ਚੁੱਪ ਕਰੋ ਯਾਰ ਤੁਸੀਂ ਆਪਣੀ ਡਾਕੂਮੈਂਟੇਸ਼ਨ ਲੈ ਕੇ ਰੱਖਿਓ ਨਾਲ ਹਕੀਮ ਸਾਹਿਬ ਕਿਥੇ ਗਏ ਨੇ ਹਕੀਮ ਸਾਹਿਬ ਫੀਸ
ਮਰਦਈ ਵਾਪਸ ਆਣ ਕੇ ਅਸੀਂ ਆਪਣੀ ਮਰਦਈਆ ਚ ਜਮਾ ਜਾਣਾ ਮੁਕਦਮਾ ਦਰਜ ਕਰਾਂਗੇ। ਉਹਨਾਂ ਆ ਕੇ 6 ਦੇਗਾਂ ਪਕਾ ਕੇ ਮਠਿਆਈ ਵੰਡੀ ਹੈ, ਫੁੱਲ ਸੁੱਟ ਗਏ ਨੇ, ਉਹਨਾਂ ਸਾਡੇ ਮੂੰਹ ਤਮਾਸ਼ਾ ਮਾਰਿਆ। ਇਸ ਤਰ੍ਹਾਂ ਸਾਨੂੰ ਤੇ ਕਿਸੇ ਬੰਦੇ ਨਹੀਂ ਦੱਸਿਆ, ਤੁਹਾਨੂੰ ਨਹੀਂ ਦੱਸਿਆ, ਸਾਨੂੰ ਤਾਂ ਪਤਾ ਚੀਜ਼ ਦਾ। ਜਿਸ ਵੇਲੇ ਗੱਲ ਇੱਕ ਤੈਅ ਹੋ ਗਈ ਯਾਰ ਕਿ ਏਸੀ ਸਾਹਿਬ 2 ਵਜੇ ਇੱਥੇ ਆਉਣ ਦੇ, ਇੱਥੇ ਬਹਿ ਕੇ ਤੁਹਾਡੀ ਲੀਡਰਸ਼ਿਪ ਵੀ ਆ ਜਾਏਗੀ, ਏਸੀ ਸਾਹਿਬ ਵੀ ਆ ਜਾਣਗੇ, ਅਫਸਰਾਂ ਵੀ ਸਾਰੇ ਆ ਜਾਣਗੇ, ਬਹਿ ਕੇ ਇੱਥੇ ਗੱਲ ਹੋ ਜਾਏਗੀ। ਜਿਸ ਵੇਲੇ ਗੱਲ ਇੱਕ ਤੈਅ ਹੋ ਗਈ 2 ਵਜੇ ਦੀ, ਹੁਣ ਫਲਾਣਾ ਨਹੀਂ ਮੰਨਦਾ ਪਿਆ, ਫਲਾਣਾ ਨਹੀਂ ਪਿਆ ਮੰਨਦਾ, ਮੈਂ ਤੇ ਹੁਣ ਲੀਡਰਸ਼ਿਪ ਨਾਲ ਹੀ ਗੱਲ ਕਰਨੀ ਹੈ ਨਾ। ਯਾਰ ਇਹ ਕੱਲ ਵੀ ਗੱਲ ਡਿਸਕਸ ਹੋ ਸਕਦੀ ਹੈ, 2 ਵਜੇ ਜਿਸ ਵੇਲੇ ਏਸੀ ਸਾਹਿਬ ਆਉਣਗੇ ਉਹਨਾਂ ਕੋਲ ਪੁੱਛ ਲਵੇ ਕਿ ਤੁਹਾਡਾ ਜਿਹੜਾ ਆਪਣਾ ਤਹਿਸੀਲਦਾਰ ਹੈ ਕਿਉਂ ਜਿਹੜਾ ਉਹ ਮਾਰ ਕੇ ਗਿਆ ਲਾਇਨ, ਮੇਰੇ ਮੁਤਲਕਾ ਤਾਂ ਨਹੀਂ ਲਾਈਨ ਮਾਰ ਰਿਹਾ। ਮੈਂ ਸਾਰਾ ਰਾਣਾ ਹਲੇ ਕੱਲਿਆਂ ਇੱਕ ਗੱਲ ਕਰਨੀ ਚਾਹੀਦੀ, ਪਿੱਛੇ ਰਹੋ ਯਾਰ, ਮਕਸਦ ਕੀ ਉਹਨਾਂ ਦੇ ਕੱਲੇ ਨਾਲ ਕਰਨ ਦਾ ਯਾਰ, ਪਰ ਹੋ ਜਾਓ ਖੁਦਾ ਦਾ ਦਾਨ ਦੇ ਦੋ ਗੱਲ ਮੁਕਾਏ ਕਰਨੀ ਹੈਲੋ
ਤੁਹਾਡੇ ਪਿੰਡ ਵਾਲੇ ਲੱਗੇ ਨੇ ਟੀਐਲਪੀ ਹਜੇ ਦੱਸ ਕੇ ਬੋਲੋਗੇ ਟੀਐਲਪੀ ਵਾਲੇ ਤੇ ਅਸੀਂ ਆਂ ਸਾਡੇ ਖਾਤੇ ਪਾਈ ਗਏ ਬਸ ਲਓ ਜੀ ਦੋ ਸਾਥੀ ਸਾਡੇ ਵੇਖਦੇ ਬਣੇ ਇਸ ਟਾਈਮ ਲਾਈਵ ਅਤੇ ਡੀ ਐਸ ਪੀ ਸਾਹਿਬ ਦੇ ਨਾਮ ਹੋਣਾ ਕਿਹਾ ਜੀ ਸੁਬਹਾ ਐਸ ਸੀ ਸਾਹਿਬ ਬਣ ਗਏ 2 ਵਜੇ ਖੁੱਲ੍ਹੀ ਕਚਹਿਰੀ ਲੱਗੀ ਅਤੇ ਖੁੱਲ੍ਹੀ ਕਚਹਿਰੀ ਲੱਗੇਗੀ ਜਨਾਬ ਉੱਥੇ ਸਾਰੀਆਂ ਗੱਲਾਂ ਸੁਣੀਆਂ ਜਾਣਗੀਆਂ ਹੁਣ ਸਾਡੀ ਆਵਾਮ ਦਾ ਮੁਤਾਰ ਦਾ ਕਿ ਜਿਹੜੀਆਂ ਇੱਟਾਂ ਬਣੀਆਂ ਨੇ ਲੱਗੀਆਂ ਨੇ ਮਿਸਤਰੀਆਂ ਨੇ ਜਿਹੜੀਆਂ ਕੋਈ 2-3 ਰੱਦੇ ਲਾਏ ਨੇ ਮੁਸਲਮਾਨਾਂ ਦੀਆਂ ਉਹ ਪਟਾਈਆਂ ਜਾਣ ਠੀਕ ਆ ਮੁਸਲਮਾਨਾਂ ਦੇ ਕਬਰਸਤਾਨ 'ਚ ਮਰਦਾਂ ਦੀ ਤਰਫ ਇੱਟਾਂ ਲਾਈਆਂ ਗਈਆਂ ਨੇ ਅਤੇ ਸਾਡਾ ਮੁਤਾਲਬਾ ਹੈ ਕੋਈ ਇੱਟਾਂ ਜਿਹੜੀਆਂ ਉਹ ਪੁੱਟੀਆਂ ਜਾਣ ਅਤੇ ਇਹ ਹੁਣ ਕਬਰਸਤਾਨ ਵਾਲੀ ਸਾਈਡ ਨੂੰ ਜਾ ਰਹੇ ਹਾਂ ਇਨਸ਼ਾਅੱਲਾ ਦੇਖਣਾ ਹੁਣ ਕੀ ਬਣਦਾ ਉੱਥੇ ਪਿੰਡ ਵਾਲੇ ਸਾਰੇ ਚਲੇ ਗਏ ਨੇ ਪਿੰਡ ਵਾਲੇ ਕਹਿੰਦੇ ਨੇ ਅਸੀਂ ਆਪੇ ਇੱਟਾਂ ਪੁੱਟਣੀਆਂ ਨੇ ਅਬਲਾਲ ਸਾਹਿਬ ਮਜਬੂਰੀ ਨਾਲ ਕੋਈ ਨੀ ਨਾਰਾ ਲਵਾ ਰਿਹਾ ਉਹ ਬੰਦੇ ਤੁਹਾਨੂੰ ਪਤਾ ਵੰਨ ਸੁਣਨੇ ਹੁੰਦੇ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸਾਰੇ ਮਾਮਲਾ ਦਾ ਅਤੇ ਡੀ ਐਸ ਪੀ ਸਾਹਿਬ ਜਿਹੜਾ ਨਾ ਡੀ ਸੀ ਸਾਹਿਬ ਉਹ ਸੁਬਹਾ ਦਾ ਜਨਾਬ ਉਹਨਾਂ ਦੇ ਹੱਕ 'ਚ ਮਰਦਾਂ ਦੇ ਹੱਕ 'ਚ ਲੱਗੇ ਨੇ ਸਾਰੇ ਫੈਸਲੇ ਦੇਣ ਤਾਂ ਵਾਸਤੇ ਬੰਦੇ ਕਹਿੰਦੇ ਵੀ ਜਨਾਬ ਕਿ ਤੁਸੀਂ ਜਿਹੜਾ ਨਾ ਨਾਰਾ ਲਾਓ ਸਾਨੂੰ ਪਤਾ ਲੱਗੇ ਕਿ ਤੁਸੀਂ ਜਨਾਬ ਖਤਮੇ ਨੂੰ ਮੰਨਣ ਵਾਲੇ ਇੰਨੀ ਗੱਲ ਹੈ ਵੀ ਫਸਟ ਦਾਣਾ ਲਿਆ ਲੈ ਕਿੱਥੇ ਲੱਗੀ ਕਹਾ ਲੱਗੀ ਲੈ ਸਾਨੂੰ ਇਹ ਚੀਟਾਂ ਲੱਗੀ ਜਾਣੇ ਜੀ ਇਹ ਜਨਾਬ ਆਪੇ ਢਾਹਰ ਜਾਣ ਜਨਾਬ ਇਹ ਮਰਦਾਂ ਦੇ ਜਨਾਜ਼ਗਾਹ ਜਿਹੜੇ ਜਿਹਨੇ ਮੁਸਲਮਾਨਾਂ ਦੇ ਕਬਰਸਤਾਨ ਵਿੱਚ ਜਿਹੜਾ ਨਾ ਧੱਕੇ ਨਾਲ ਬਣਾ ਰਹੇ ਸਨ ਅਤੇ ਉਹ ਜਨਾਬ ਆਪੇ ਪੁੱਟੀਆਂ ਨੇ ਪਿੰਡ ਵਾਲਿਆਂ ਜਾ ਕੇ ਨਾ ਉਹਨਾਂ ਕਿਹਾ ਜੀ ਸਾਡੀ ਜਗ੍ਹਾ ਵਿੱਚ ਮਰਦਾਂ ਦਾ ਜਨਾਜ਼ਗਾਹ ਨਹੀਂ ਬਣ ਸਕਦਾ ਠੀਕ ਆ ਜੀ ਅਤੇ ਬਾਕੀ ਸੁਬਹਾ ਜਿਹੜਾ ਨਾ ਮਸਜਿਦ ਫੈਸਲੇ ਵਗੈਰਾ ਹੋਣਗੇ ਡੀ ਸੀ ਸਾਹਿਬ ਆਉਂਦੇ ਨੇ ਫਿਲਹਾਲ ਆਵਾਮ ਨੇ ਸਭ ਜਿਹੜਾ ਆਪਣਾ ਮੰਡੀ ਵਾਲੀ ਆਵਾਮ ਜਿਹੜੀ ਜਾਣਾ ਉਹਨਾਂ ਇੱਟਾਂ ਆਪਣੇ ਇੱਥੇ ਪੁੱਟ ਛੱਡੀਆਂ ਨੇ ਉਹਨਾਂ ਕਿਹਾ ਅਸੀਂ ਇੱਟਾਂ ਨਹੀਂ ਲੱਗਣ ਦੇਣੀਆਂ ਅਤੇ ਮਾਸ਼ਾਅੱਲਾ ਜੀ ਸਲਾਮ ਪੇਸ਼ ਕਰਨਾ ਅਸੀਂ ਪਿੰਡ ਵਾਲਿਆਂ ਨੇ ਵੀ ਐਨੇ ਜਜ਼ਬਾਤ ਨੇ ਇਹਨਾਂ ਦੇ ਅੰਦਰ ਅਸੀਂ ਉਹਦੀ ਖਤਮੇ ਨੂੰ ਬਹੁਤ ਪਹਿਰਾ ਦੇ ਰਹੇ ਹਾਂ ਅਤੇ ਕਾਫੀ ਲੰਬੀ ਜਿਹੜਾ ਨਾ ਅੱਜ ਨਾ ਸੁਬਹਾ ਤਕਰੀਬਨ 6 ਵਜੇ ਮਿਸਤਰੀ ਲੱਗੇ ਦਾ ਅਤੇ
ਕਾਫੀ ਲੰਬੀ ਜਿਹੜਾ ਨਾ ਦੇਖਦੇ ਪਿਓ ਤੁਸੀਂ ਸਾਰੀ ਕਾਫੀ ਲੰਬੀ ਹੈ ਮੇਰਾ ਖਿਆਲ ਹੈ ਦੋ ਕਨਾਲਾਂ ਵਿੱਚ ਹੈ ਜਿਹੜਾ ਨਾ ਇਹਦੀਆਂ ਨੀਹਾਂ ਨਿਕਲੀਆਂ ਨਾ ਅੱਜ ਅਤੇ ਡੀ ਸੀ ਸਾਹਿਬ ਦੀ ਐੱਸ ਐੱਚ ਓ ਸਾਹਿਬ ਦੀ ਜਿਹੜਾ ਨਿਗਰਾਨੀ ਹੈ ਸਾਰਾ ਕੰਮ ਹੈ ਠੀਕ ਹੈ ਡੀ ਐੱਸ ਪੀ ਸਾਹਿਬ ਖੁਦ ਤਸ਼ਰੀਫ ਫਰਮਾ ਹਨ ਇੱਥੇ ਅਤੇ ਫਾਈਨਲੀ ਹੁਣ ਜਿਹੜਾ ਨਾ ਆ ਕੇ ਪਿੰਡ ਵਾਲਾ ਜਿਹੜਾ ਨਾ ਨੀਹਾਂ ਟਹਿਰ ਜਾਣਾ ਆਪਣੇ ਇੱਥੇ ਸਕਿਉਰਟੀ ਵਾਲੇ ਫਿਰਦੇ ਪਏ ਨੇ ਤਕਰੀਬਨ ਕਾਫੀ ਜ਼ਿਆਦਾ ਸਕਿਉਰਟੀ ਜਿਹੜੇ ਨੇ ਇੱਥੇ ਨਾ ਤਾਇਨਾਤ ਕੀਤੀ ਸੀ ਇਸ ਮਸਲੇ ਵਾਸਤੇ ਅਤੇ ਜ਼ਬਰਦਸਤੀ ਕਿਸੇ ਮੇਲੋ ਕਬਜ਼ਾ ਹੋ ਰਿਹਾ ਸੀ ਮੁਸਲਮਾਨਾਂ ਨੂੰ ਬੇਦਾਰ ਹੋਣਾ ਚਾਹੀਦਾ ਜੀ ਅਗਰ ਮੁਸਲਮਾਨ ਸੁੱਤਾ ਰਹੇ ਤਾਂ ਫਿਰ ਆਈ ਕੋਈ ਜਾਂਦਾ ਮੁਸਲਮਾਨ ਬੇਦਾਰ ਜਾਗਦੇ ਸੋਹਣਾ ਲੱਗਦਾ ਠੀਕ ਹੋ ਗਿਆ ਦੋਸਤੋ ਬਹੁਤ ਸ਼ੁਕਰੀਆ ਜਨਾਬ ਤੁਸੀਂ ਲਾਈਵ ਇਸ ਟਾਈਮ ਵੇਖੀ ਹੈ ਵੀਡੀਓ ਸਾਡੀ ਅਤੇ ਇਹ ਅਪਡੇਟ ਹੈ ਅਤੇ ਹੁਣ ਇਨਸ਼ਾਅੱਲਾ ਪੁਲਿਸ ਵਾਲੇ ਲੱਗੇ ਨੇ ਮੈਨੂੰ ਬਾਕੀ ਆ ਕਿ ਨੀਹਾਂ ਜਿਹੜੀਆਂ ਨੇ ਉਹ ਢਾਹੜੀਆਂ ਨੇ ਮੁੰਡਿਆਂ ਨੇ ਅਤੇ ਬਾਕੀ ਇਨਸ਼ਾਅੱਲਾ ਮਜ਼ੀਦ ਜਿਹੜਾ ਨਾ ਉਹ ਸੁਬਹਾ ਕੋਈ ਅਪਡੇਟ ਆ ਗਈ ਫਿਰ ਇਨਸ਼ਾਅੱਲਾ ਸ਼ੇਅਰ ਕੀਤੀ ਜਾਏਗੀ ਠੀਕ ਹੋ ਗਿਆ ਜਨਾਬ ਦੁਆਵਾਂ 'ਚ ਯਾਦ ਰੱਖਿਓ ਇਨਸ਼ਾਅੱਲਾ ਬਹੁਤ ਸ਼ੁਕਰੀਆ ਜੀ ਅਸਲਾਮੁ ਅਲੈਕੁਮ ਵਰਹਿਮਤੁਲਲਾਹ